ਉਧਰ ਦੂਜੇ ਪਾਸੇ ਦੇਸ਼ ਭਰ ਵਿੱਚ ਚੱਲੀ ਸਵੱਛ ਭਾਰਤ ਮੁਹਿੰਮ ਦੌਰਾਨ ਪੰਜਾਬ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ ਫਿਰੋਜ਼ਪੁਰ ਨੇ ਨਿਵੇਕਲੀ ਛਾਪ ਛੱਡੀ ਹੈ। ਜੀ ਹਾਂ, ਕੁਝ ਸਮੇਂ ਤੋਂ ਸਾਫ਼ ਸਫਾਈ ਦੇ ਮਾਮਲੇ ਵਿੱਚ ਪਿੰਡਾਂ ਅਤੇ ਕਸਬਿਆਂ ਦੇ ਨੰਬਰ 1 ਆਉਣ ਨਾਲ ਜਿੱਥੇ ਸ਼ਹਿਰ ਦੀ ਸੁੰਦਰਤਾ ਵਧਦੀ ਜਾ ਰਹੀ ਹੈ, ਉੱਥੇ ਪਿੰਡ ਕੋਟ ਕਰੋੜ ਤੋਂ ਬਾਅਦ ਹੁਣ ਭਾਰਤ ਦੇ ਸੁੰਦਰ ਸ਼ਹਿਰਾਂ ਦੀ ਜਾਰੀ ਹੋਈ ਲਿਸਟ ਵਿੱਚ ਪੰਜਾਬ ਵਿੱਚੋਂ ਪਹਿਲੇ ਨੰਬਰ ਤੇ ਫਿਰੋਜ਼ਪੁਰ ਸ਼ਹਿਰ ਨਗਰ ਕੌਂਸਲ ਆਈ ਹੈ। ਫਿਰੋਜ਼ਪੁਰ ਸ਼ਹਿਰ ਨਗਰ ਕੌਂਸਲ ਦੇ ਪਹਿਲੇ ਨੰਬਰ ਤੇ ਆਉਣ ਦੇ ਨਾਲ ਜਿੱਥੇ ਇਲਾਕਾ ਨਿਵਾਸੀਆਂ ਦਾ ਸਿਰ ਮਾਣ ਨਾਲ ਉੱਚਾ ਹੋਇਆ ਹੈ, ਉੱਥੇ ਇਸ ਪ੍ਰਾਪਤੀ ਲਈ ਕੀਤੀਆਂ ਕੋਸ਼ਿਸ਼ਾਂ ਤੋਂ ਜਾਣੂ ਕਰਵਾਉਂਦਿਆਂ ਨਗਰ ਕੌਂਸਲ ਪ੍ਰਧਾਨ ਨੇ ਕਿਹਾ ਕਿ ਇਲਾਕੇ ਨੂੰ ਸਵੱਛ ਬਣਾਉਣ ਦੇ ਨਾਲ ਨਾਲ ਇਸ ਸਵੱਛਤਾ ਨੂੰ ਕਾਇਮ ਰੱਖਣਾ ਅਤਿ ਜ਼ਰੂਰੀ ਹੈ, ਜਿਸ ਨੂੰ ਉਹ ਬਖੂਬੀ ਕਰ ਰਹੇ ਨੇ। ਫਿਰੋਜ਼ਪੁਰ ਦਾ ਨਾਂ ਆਉਣਾ ਔਰ ਫਿਰੋਜ਼ਪੁਰ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨ ਕਰਨਾ ਵੈਂਕਈਆ ਨਾਇਡੂ ਜੀ ਵੱਲੋਂ ਇਹ ਸ਼ਹਿਰ ਦੇ ਵਾਸਤੇ ਬੜੇ ਮਾਣ ਦੀ ਗੱਲ। ਔਰ ਜਿੱਥੇ ਇਹ ਗੱਲ ਕਰੀਏ ਕਿ ਸਾਡੇ ਕੋਲ ਜਿੰਨਾ ਅਮਲਾ ਹੈ ਜਾਂ ਜਿਹੜੇ ਸਾਡੇ ਕੋਲ ਸੋਰਸਿਸ ਨੇ, ਬੜੇ ਲਿਮਿਟਡ ਜਿਹੇ ਸੋਰਸਿਸ ਨੇ ਸਾਡੇ ਕੋਲ, ਔਰ ਲਿਮਿਟਡ ਜਿਹੇ ਸੋਰਸਿਸ ਕਰਕੇ ਹੁੰਦਿਆਂ ਵੀ ਅਸੀਂ ਅਚੀਵਮੈਂਟ ਕੀਤੀ ਹੈ।